ਪੱਠੇ ਪਵਾਉਂਦੀ ਬਿਸਤਰਾ ਦਿੰਦੀ ਨੀ ਸਿਰ ਕੰਧ ਨਾ ਲਾ ਲੈਣਾ ਤੇ ਇਹਨੂੰ ਮਈਆਂ ਰਿਮੂਵ ਕਰ ਲੈਣਾ ਸਿਰ ਕੰਧ ਨਾ ਲਾ ਕੇ ਗੱਲਾਂ ਨੀ ਕਰਨੀਆਂ ਸਿਰ ਕੰਧ ਨੂੰ ਲਾ ਕੇ ਮਈਆਂ ਨੂੰ ਮੂੰਹ ਕਰ ਲੈਣਾ ਚਲੋ ਪਰ ਏਦਾਂ ਐਕਟਿੰਗ ਨਹੀਂ ਹੁੰਦੀ ਪੱਤੇ ਕਈ ਜਾਂਦੀਆਂ ਮੈਨੂੰ ਉਹ ਦਿੰਦੀਆਂ ਨੀ ਸਾਹਮਣੇ ਖਲੋਤੀ ਜੀਨੂੰ ਕੌਣ ਡਿਆ ਰੋਟੀ ਲਾ ਦੇ ਰੋਟੀ ਤੇ ਲਾਉਂਗੀ ਪਰ ਮੇਰੇ ਬਹੁਤ ਦਿਲ ਨੂੰ ਹੋਇਆ ਜਦੋਂ ਏਦਾਂ ਕੀਤਾ ਉਹਨੇ ਐਕਟਿੰਗ ਵਧੀਆ ਚਾਚੀ ਐਕਟਿੰਗ ਸੁਪਰ ਤੇ ਮੱਝਾਂ ਵੀ ਲੱਗੀ ਆਉਂਦੀਆਂ ਵਿਚਾਰੀਆਂ ਮੱਝ ਨੂੰ ਹੋਣ ਡਿਆ ਕਿ ਮੇਰੇ ਦੋਸਤ ਨੂੰ ਕੀ ਹੋਣ ਡਿਆ ਚਲੋ ਕੰਮ ਚਾਲੂ ਮੈਂ ਆਪ ਕਰੂੰਗਾ ਐਕਟਿੰਗ ਚਾਚੂ ਦੇ ਸ਼ੁਰੂ ਤੋਂ ਐਕਟਿੰਗ ਵਧੀਆ ਰਹੀ ਆ ਐਕਟਰ ਸਾਹਿਬ ਸਾਡੇ ਇਹਨੂੰ ਕਢਾ ਬਣੇ ਗਾਲਾਂ ਲੋਕਾਂ ਨਾ ਮਰ ਜੇ ਬੁੱਢੀ ਇਦਾਂ ਦੀ ਮੇਰੀ ਆਂਟੀ 100 ਸਾਲ 200 ਸਾਲ ਜੀਂਦੀ ਹੈ ਹੈ 200 ਸਾਲ ਜੀਂਦੀ ਹੈ ਸੋਨੂੰ ਪਾਪਾ ਅੰਦਰ ਗਿਆ ਵਾ ਕੁਛ ਬਣਿਆ ਨੀ ਆ ਖਰਾਬ ਨਾ ਹਨਾ ਮੈਂ ਛੇਤੀ ਆ ਗਿਆ ਵਾ ਤੇ ਇੱਕ ਪੈਗ ਲਾ ਨਾ ਲਵਾਂ ਫੇਰ ਤੂੰ ਇੱਥੇ ਸੋਚੀ ਕੀ ਚੁਹਿਲੀ ਫਿਰ ਵੇਖ ਲੀ ਆ ਮੇਰੇ ਧਿਆਨ ਰੱਖੀ ਤੂੰ ਓਹਦਾ ਮਨ ਵੱਜ ਜੂ ਪਾਣੀ ਲੱਗੂਗਾ ਕਿ ਇਹਨੇ ਕਹਿਣਾ ਪਾਣੀ ਸੋਨੂੰ ਚਾਚੂ ਦੇ ਆਹ ਸੀਨ ਤੇ ਵੇਖਣ ਵਾਲੇ ਹੁੰਦੇ ਆ ਇਹ ਜਿਹੜੇ ਵਿਗਾੜ ਤੇ ਨਾ ਹੁੰਦੇ ਇਹ ਸੀਨ ਮੇਰਾ ਫੇਵਰਟ ਹੈ ਨਹੀਂ ਨਹੀਂ ਤੁਹਾਡੇ ਚਾਚੂ ਹਾਂ ਚੱਲਣ ਤੇ ਗਿਆ ਪਰ ਅੱਜ ਮੈਂ ਇੱਥੇ ਜਾਂਦਾ ਕਿ ਬਾਜੀ ਪੈ ਜੇ ਤੇਰੀ ਨਹੀਂ ਨਹੀਂ ਠੇਡਾ ਲਾ ਕੇ ਬਾਜੀ ਨਹੀਂ ਪੈਂਦੀ
ਇਹਦੀ ਪੁਆਇੰਟ ਨੇ ਉਦਾਂ ਉਹ ਵੀਡੀਓ ਚ ਕਹਿੰਦੇ ਮੈਂ ਵਧੀਆ ਲੱਗਣੀ ਆ ਰੋਲ ਕਰਨ ਦਾ ਮਜ਼ਾ ਹੀ ਵੱਖਰਾ ਲੱਗਦਾ ਆਹੋ ਪਰ ਵਧੀਆ ਲੱਗਣਾ ਹੀ ਹੈ ਹਨਾ ਹਾਂ ਤੇ ਬਾਅਦ ਜਦੋਂ ਜਿੱਦਾਂ ਜਾਂਦੇ ਵਜੇ ਬਾਜੀ ਪਾਜੂ ਕਿ ਹਾਸ ਕਰਦੀ ਤੇ ਮੈਨੂੰ ਕੋਈ ਇਹੋ ਜਿਹਾ ਰੋਲ ਹੀ ਦਿਆ ਕਰੋ ਚਿੱਟੇ ਵਾਲੇ ਸ਼ਰਾਬੀ ਵਾਲੇ ਆਹ ਡੇਦੇ ਫਿਰਦੇ ਆ ਵਾਲੇ ਵਾਜਾ ਡਿਆ ਹੁੰਦਾ ਹੁਣ ਹਟਿਆ ਹੀ ਵਾਜਾ ਆਂਟੀ ਨੂੰ ਪਤਾ ਲੱਗਾ ਅੱਜ ਤੇ ਕਿਹੜੇ ਚਿਰ ਦਾ ਗਿਆ ਨਹੀਂ ਹੁੰਦੇ ਸੋਨੂੰ ਵਿੱਚ ਗਾਣੇ ਦੀ ਆਵਾਜ਼ ਆਉਂਦੀ ਪਹਿਲਾਂ ਲਾਉਣਾ ਪੈਣਾ ਵੀ ਉਹ ਵੋਟੇ ਸ਼ਾਸ਼ਨ ਪੈਣਾ ਜਾਂ ਫਿਰ ਮੈਂ ਇੱਧਰ ਨਾ ਬਣੂਗਾ ਨਾ ਇੱਥੇ ਮੈਂ ਪਤਾ ਮੈਂ ਕਹੂੰਗਾ ਨਾ ਓਏ ਇਹ ਪਾਣੀ ਆ ਇਹ ਸਪੈਸ਼ਲ ਪਾਣੀ ਆ ਮੇਰਾ ਤੇ ਤੂੰ ਇਹਨੂੰ ਛੇੜਨਾ ਨਹੀਂ ਕੋੜਾ ਪਾਣੀ ਕਹਦੀ ਆਹੋ ਨਾ ਕਿਸੇ ਨੂੰ ਦੱਸਣਾ ਤੇ ਕਿਹੜਾ ਕੋੜਾ ਪਾਣੀ ਕਹਿੰਦਾ ਇਹਨੂੰ ਆਹੋ ਤੇ ਮੈਂ ਇਹਨੂੰ ਕਹੂੰਗਾ ਨਾ ਕਿਸੇ ਨੂੰ ਦੱਸਣਾ ਵਾ ਤੇ ਨਾ ਇਹਨੂੰ ਛੇੜਨਾ ਵਾ ਇਹਨੂੰ ਇੱਥੇ ਪਿਆਰਿਆਂ ਨੂੰ ਬਾਅਦ ਚ ਇਹ ਸੋਚੂਗਾ ਕਿਤੇ ਉਹ ਪਾਣੀ ਤੇ ਨਹੀਂ ਜਿਹੜਾ ਬਾਪੂ ਨੇ ਮੈਨੂੰ ਪਿਆਇਆ ਸੀ ਉਹਦਾ ਨੇ ਮਜ਼ਾ ਹੀ ਬੜਾ ਆਇਆ ਇਹ ਵੇਖੂਗਾ ਇਹਨੂੰ ਨਹੀਂ ਚੇਤਾ ਬਾਪੂ ਨੇ ਕੀ ਪਿਆਇਆ ਹੈ ਇਹਨੂੰ ਭੁੱਖ ਲੱਗੀ ਹੈ ਨਾ ਬੜਾ ਖਰਾਬ ਕਰਨ ਡੇ ਆ ਤੇ ਮੈਂ ਕਹਾਂ ਵਾਲੇ ਸੁਣ ਲੋ ਮੈਂ ਬਣਾਉ ਵਧੀਆ ਮੇਰੀ ਗੱਲ ਸੁਣ ਤੂੰ ਮੁੱਛਾਂ ਵਾਲੇ ਨੂੰ ਨੀ ਦੱਸਣਾ ਨਾ ਬੀਬੀ ਆਪਣੀ ਨੂੰ ਦੱਸੀ ਬੀਬੀ ਕਹਿੰਦੀ ਰੋਟੀ ਤੈਨੂੰ ਮਿਲ ਜਾਂਦੀ ਜੇ ਮੈਨੂੰ ਮਿਲ ਗਈ ਤੇ ਫਿਰ ਤੈਨੂੰ ਵੀ ਮਿਲ ਜਾਣੀ ਹੈ ਰਹੀ ਹੈ ਤੇ ਜੇ ਮੈਨੂੰ ਨਾ ਮਿਲੀ ਫਿਰ ਤੂੰ ਵੀ ਸੌਂਦੀ ਰਜਾਈ ਵੈਸੇ ਵੀ ਤੇਰੀ ਬੜੀ ਮੋਟੀ ਹੈ ਤੇ ਨਿੱਘ ਵੀ ਬੜਾ ਲੱਗਾ ਹੋਣਾ ਮੈਨੂੰ ਲੱਗਣ ਡਿਆ ਮੇਜ਼ ਗਿੱਲੀ ਹੋ ਗਈ ਨਾ ਆ ਰਜਾਈ ਦੂਜੀ ਤੇ ਇਹ ਗਲਾਫ ਚੜਾ ਲੈਣਾ ਸੀ ਹੋਰ ਦੂਜਾ ਕੋਈ ਹਨਾ ਫਿਰ ਤੂੰ ਬਾਅਦ ਵਿੱਚ ਕਹੀਂ ਫਿਰ ਤੂੰ ਕਹੀਂ ਮੈਨੂੰ ਭੁੱਖ ਲੱਗੀ ਆ ਹਨਾ ਫਿਰ ਤੂੰ ਇੱਥੇ ਬਹਿ ਜਾਈਂ ਫਿਰ ਤੂੰ ਕਹੀਂ ਚਾਚੂ ਨੂੰ ਚਾਚੂ ਨੂੰ ਬੰਦ ਹੈ ਸੀਨ ਮਿਸ ਕਰਤੀ ਮੈਂ ਉੱਥੇ ਬੈਠਾ ਸੀ ਮੈਂ ਚੱਲ ਵੇਚਣਾ ਆ ਜਾ ਮੈਂ ਸਤਿ ਸ਼੍ਰੀ ਅਕਾਲ ਮੱਝ ਮਾਮਾ ਜੀ ਮੱਝ ਦਾ ਸੀਨ ਬੜਾ ਵਧੀਆ ਮੈਨੂੰ ਮਾਰਨ ਪੈ ਗਈ ਮੈਂ ਵੇਖੀ ਨਾ ਸੇਵਾ ਕਰਨ ਡਿਆ ਤੇ ਉਹਨਾਂ ਨੂੰ ਪਿਆਰ ਹੋ ਗਿਆ ਉਹਨਾਂ ਨਾਲ ਹਨਾ ਉਹਦੇ ਤੇ ਬਣੀ ਤੇ ਆਪਣਾ ਕੀਤਾ ਪਾ ਲੈਣ ਲੱਗਾ ਹੈਗਾ ਉਹਨੂੰ ਡਿਆ ਕੀਤਾ ਕਰਨ ਤੇ ਉਹ ਸੱਚੀ ਮਾਰ ਦੇ ਗੁੱਸਾ ਆਇਆ ਨਾ ਕਿ ਮੇਰੇ ਸਾਥ ਸੀਨ ਟੁੱਟਾ ਨੀ ਸਾਹਮਣੇ ਕਵਰ ਕਰ ਲਿਆ ਉਦਾਂ ਇਹ ਗੱਲ ਪਰ ਚੁੱਕ ਦੇਣਾ ਇਹਨੂੰ ਤਾਂ ਜਿਦਾਂ ਕਹੀਏ ਕਿ ਅਸੀਂ ਬੜੀ ਵਧੀਆ ਸਟੋਰੀ ਸੋਚੀ ਜਾਂ ਅਸੀਂ ਬਣਾਉਣ ਡਿਆ ਹਨਾ ਰੱਬ ਬਣਾਉਣ ਡਿਆ ਆ ਸਾਰਾ ਉਹ
ਦਿਲ ਸਾਫ ਹੋਏ ਨਾ, ਰੱਬ ਆਪਣੇ ਆਪ ਕਰਾਉਂਦਾ ਸਾਰਾ ਕੁਝ। ਹੋਣ ਡਿਆ ਵਾ ਕਿਉਂਕਿ ਇੱਕ ਵੇਖਿਆ ਉਹਨੂੰ ਲੈ ਵੀ ਪਰਾਲੀ ਦਾ ਤੂੜੀ ਪਰਾਲੀ ਹੀ ਅੰਦਰ ਲੱਗੀ ਨਾ, ਪਰਾਲੀ ਜੀ ਦਾ ਨੰਬਰ ਫਸਾ ਕੇ ਦੇ ਦਿੰਦੇ ਬਸ ਪਾਣੀ ਦੇ ਸੁਣਦਾ ਸੀ। ਚੱਲ ਆਪਾਂ ਤੇ ਇੱਕ ਐਕਟ ਕਰਨ ਡੇ ਨਾ, ਇਹ ਹਕੀਕਤ ਚ ਹੋਣ ਡਿਆ ਵਾ, ਹੋ ਗਿਆ ਹਕੀਕਤ ਜਿੱਦਾਂ ਹੋ ਉਹਨੂੰ ਬੰਦ ਬੁੱਧੀ ਜਿਹੜੇ ਵਿਚਾਰੇ ਹੁਣ ਮੰਨ ਦਿਮਾਗ ਦਾ ਤੇ ਕਿਸੇ ਦਾ ਵੀ ਨੀ ਪਤਾ, ਹੁਣ ਕੱਲ ਨੂੰ ਪਤਾ ਨੀ ਮੇਰੇ ਨਾਲ ਉਹ ਏਦਾਂ ਦਾ ਹੋ ਜੇ, ਮੈਂ ਕਿੱਥੇ ਚੱਲ ਜਾਣਾ, ਮੈਨੂੰ ਕੋਈ ਲੈ ਜੇ ਪੱਠੇ ਪਵਾਈ ਜਾਵੇ, ਪਰ ਇਹ ਸਾਡੀ ਗਲਤੀ ਆ, ਹਣਾ ਗਲਤੀ। ਅੱਜ ਕਮੈਂਟ ਵੀ ਆਇਆ ਵੀ ਅੰਮ੍ਰਿਤਸਰ ਵੀ ਅੰਮ੍ਰਿਤਸਰ ਤੋਂ ਉਹ ਵੈਸੇ ਵੀ ਅਸੀਂ ਜਿਹੜੀ ਇਹ ਵਾਲੀ ਸਟੋਰੀ ਆ ਉਹਨਾਂ ਦਾ ਵੇਖ ਕੇ ਸ਼ੁਰੂ ਕੀਤੀ, ਉਹਨਾਂ ਦੇ ਆਧਾਰ ਤੇ ਹੀ ਆ, ਰਵਿੰਦਰ ਸਿੰਘ ਨੂੰ ਵੇਖ ਕੇ ਤੇ ਇੱਕ ਗੁਰਪ੍ਰੀਤ ਸਿੰਘ ਮਨੁੱਖਤਾ ਦੀ ਸੇਵਾ ਵਾਲੇ, ਉਹਨਾਂ ਨੂੰ ਮਨੁੱਖਤਾ ਦੀ ਸੇਵਾ ਵਾਲੇ ਜਿਹੜੇ ਆ ਉਹਨਾਂ ਨੂੰ ਵੇਖ ਕੇ, ਉਹ ਤੇ ਰੱਬ ਦਾ ਭਰਾ, ਮੇਰੀ ਇੱਕ ਖਵਾਇਸ਼ ਆ ਵੀ ਉਹ ਬੰਦੇ ਨੂੰ ਮਿਲਣਾ ਜ਼ਰੂਰ, ਮਿਲਣਾ ਜ਼ਰੂਰ, ਉਹ ਬੰਦੇ ਨੂੰ ਮਿਲਿਆ ਤੇ ਰੱਬ ਨੂੰ ਮਿਲਿਆ। ਇੱਕ ਵਾਰ ਐਰਕਾ ਹੀ ਸਮਰੀਤ ਦੇ ਬਰਥਡੇ ਤੇ ਜਾਣਾ ਸੀਗਾ, ਪਰ ਸਮਰੀਤ ਦਾ ਬਰਥਡੇ ਨਹੀਂ ਸੀ ਨਾ ਚੰਗਾ ਆਇਆ, ਇਸ ਲਈ ਅਸੀਂ ਫਿਰ ਚਲੋ ਗਏ ਨਹੀਂ, ਸਾਡੀ ਮਾਰੀ ਪਲੈਨ ਨਹੀਂ, ਉਹਨਾਂ ਨੇ ਜ਼ਰੂਰ ਮਿਲ ਜ਼ਰੂਰ ਮਿਲਣਾ ਵਾ, ਜਾਣਾ ਜ਼ਰੂਰ ਹੈ। ਅੱਗੇ ਤੇ ਬੱਜਾ ਰਹਿਣ ਤਾਂ ਇੱਥੇ ਆਪਾਂ ਚੱਲ ਗਏ ਆ ਉੱਥੇ, ਮੈਂ ਇਹਦਾ ਸੁਣ ਕੇ ਆਇਆ ਵਾ, ਰਾਤ ਵਾ ਨਾ ਹੁੰਦੇ ਨੇ ਰਾਤ ਵਾ, ਫਿਰ ਅਗਲੇ ਅਗਲੇ ਵੀਡੀਓ ਚ ਕਰਾਂਗੇ ਸਵੇਰੇ, ਫਿਰ ਖੋਲ ਇਹਦੇ ਨਾਲ ਹੀ ਮਾਰਦਾ ਉੱਥੇ ਪਿਆ ਹੈਗਾ ਯਾਰ, ਉਹ ਫਿਰ ਚਾਬੀ ਨਹੀਂ ਉਹ ਲੱਭਣੀ ਤੁਹਾਨੂੰ, ਵਿੱਚੇ ਦੇ ਦੋ ਨਾ ਚਾਬੀ ਵਿੱਚੇ ਰੱਖ ਦੋ, ਹਾਂ ਲੈਣ ਦੇ ਇਧਰ ਚਾਬੀ ਵਿੱਚ ਡਿੱਗ ਪੈਣੀ, ਨਹੀਂ ਉਹਨੂੰ ਅੱਧਾ ਜਾਂ ਮਾਰੋ ਨਾ, ਵੈਸੇ ਜੀ ਜਿੰਨੇ ਪਰਫੈਕਟ ਸੀਨ ਹੋਣ ਡਿਆ ਨਾ ਰੱਬ ਹੀ ਕਰਾਉਣ ਡਿਆ ਸੱਚੀ, ਮੈਂ ਬੜਾ ਵਧੀਆ ਕੱਲ ਹੋਣੀ ਜਦੋਂ ਪੁਲਿਸ ਵਾਲੇ ਆਏ ਸੀਗੇ ਤੇ ਉਧਰੋਂ ਉਹ ਦੀਦੀ ਹੁਣੀ ਕਰਾਉਣੇ ਆ ਗਏ ਹਨਾ, ਉਹਨਾਂ ਦੇ ਬੈਗ ਚੁੱਕ ਕੇ ਇੱਥੇ ਰੱਖਤੇ, ਉਹ ਵੀ ਕਿਤੇ ਵਿੱਚ ਆ ਗਿਆ ਕਿ ਅਨੰਦਪੁਰ ਉਹਦਾ ਕਰ ਲਿਆ, ਅੰਕਲ ਨੇ ਨਵਾਂ ਮੋਟਰਸਾਈਕਲ ਲਿਆ ਜੇ ਆ ਵੇਖੋ, ਲੈ ਵੀ ਅਸੀਂ ਚੱਲ ਅਸੀਂ ਇੱਥੋਂ ਰਜਾਈ ਚੁੱਠੇ ਇੱਥੇ ਸੀਨ ਕਰ ਲਿਆ, ਧੰਨਵਾਦ ਆਂਟੀ ਅੰਕਲ ਦਾ ਵਾ ਜਿਹੜੇ ਵਿਚਾਰੇ ਜਿਹੜੇ ਵਿਚਾਰੇ ਇੱਧਰੋਂ ਆਏ ਕਿੱਥੋਂ ਆਏ ਤੇ ਕਿੱਥੇ ਹੁਣ ਜਾਣਾ ਵਾ, ਕਿ ਟਾਈਮ ਤੇ ਨਾ ਹੋ ਗਿਆ ਭਲਾ ਦੱਸੀ, ਟਾਈਮ ਵੇਖਦਾ ਮੈਂ ਕਮੈਂਟ, 10 ਚੱਲੇ ਆ, ਚੱਲ 10 ਚੱਲੇ ਆ, 10 ਚੱਲੇ ਹਨਾ ਆਂਟੀ ਨਾਲ 10 ਵੱਜਣੇ ਜਾਂਦੇ ਜਾਂਦੇ, 15 ਮਿੰਟ ਦਾ ਰਸਤਾ ਵੀ ਜਾਂਦਾ, ਬਾਕੀ ਚਲੋ ਕੰਮ ਨਾ ਔਖਾ ਕੇ ਮਜਬੂਰੀ ਸਮਝ ਨਹੀਂ ਵੇਲੇ ਹੀ ਕੱਲ ਨੂੰ ਕੰਮ ਆ ਜੇ ਤੁਹਾਡਾ ਸੀਨ ਹੋਇਆ।
ਪਰ ਸਾਨੂੰ ਇਹ ਸੀ ਨਾ ਵੀ ਪੁੱਤਰ ਰਾਤ ਦੇ ਸੀ ਨੀ ਰਾਤ ਕਰਨੇ ਪੈਣੇ ਜਦੋਂ ਕਹਿਤਾ ਸੀ ਤੇ ਰਾਤ ਨੂੰ ਇਹਨੂੰ ਸੰਗਲ ਮਾਰਨੇ ਰਾਤ ਹੀ ਕਰਨੇ ਪੈਣੇ ਜਦੋਂ ਕੰਮ ਕਰਕੇ ਵਿਹਲਾ ਹੋਊਗਾ ਤੇ ਇਹਨੂੰ ਉਦੋਂ ਸੰਗਲ ਮਾਰਨੇ ਰਾਤ ਚੱਲਣਾ ਚਾਹੀਦਾ ਕਿਸੇ ਦਿਨ ਦਾ ਜਿੱਦਾਂ ਬਣਨਾ ਉਹ ਦਿਨ ਦਾ ਸੀਨ ਭਰ ਕੇ ਸ਼ਾਮਾਂ ਨੂੰ ਬਣ ਜਾਈ ਮੈਂ ਕਿਹਾ ਜਿੱਦਾਂ ਮਤਲਬ ਬੜੀਆਂ ਭੈਣਾਂ ਦੇ ਫੋਨ ਆਉਂਦੇ ਆ ਵੀ ਅਸੀਂ ਹਨਾ ਤਰਨ ਤਾਰਨ ਤੋਂ ਜਾਂ ਜਿੱਦਾਂ ਵੀ ਆ ਵੀ ਉਹ ਜਿੱਦਾਂ ਕਹਿ ਦਿੰਦੇ ਆ ਤੇ ਅਸੀਂ ਜਦੋਂ ਮਨਾ ਕਰੀਦਾ ਫਿਰ ਮਤਲਬ ਦੁੱਖ ਜਿਹਾ ਬਾਅਦ ਚ ਮਨ ਚ ਲੱਗਾ ਰਹਿੰਦਾ ਕਿ ਕਿਉਂ ਕਿਹਾ ਗਿਆ ਪਰ ਔਖਾ ਵਾ ਕੰਮ ਹਨਾ ਕਿਉਂਕਿ ਸਰਚ ਮਾਰੋ ਸਭ ਕੁਝ ਆਈ ਜਾਂਦਾ ਬਾਬੇ ਦੀ ਕਿਰਪਾ ਚਾਹੀਦੀ ਆ ਟੀਮ ਮੈਂਬਰ ਸਾਰੇ ਤੰਦਰੁਸਤ ਰਹਿਣ ਤੇ ਪਿਆਰ ਬਣਿਆ ਰਹੇ ਸਾਰਿਆਂ ਦਾ ਸਾਡੇ ਪਿਓ ਜੀ ਜਿਆਦਾ ਦਵਾ ਬਿਲਕੁਲ ਸਾਰੇ ਤੇ ਆਪਣੀ ਕੋਸ਼ਿਸ਼ ਕਰਦੇ ਰਹੋ ਤੇ ਕੋਈ ਗੱਲ ਨੀ ਬਾਕੀ ਰੱਬ ਰੱਖਾ।